देख रहे हो सांझ टीवी न्यूज पोर्टल। भावे कि पंजाब सरकार वालों सूबे विच नशे नू पूरी तरह खत्म करने दे दावे किए जा रहे हैं, परंतु इस दे बावजूद पंजाब विच नशा तस्करी का धंधा जोर शोर नाल वध फुल रहा है। आए दिन पुलिस वालों नशा तस्करां नू काबू किया जा रहा है, परंतु इस दे बावजूद पंजाब विच नशे ते लगाम नहीं लग रही। ताज़ा मामला रूपनगर का है, जिथे सीआई स्टाफ पुलिस वालों तीन नशा तस्करां नू 90 किलो चूरा पोस्त समेत काबू किया गया है। एसपी बीएस रंधावा ने दसिया कि सीआईए स्टाफ ने उक्त दोषियों नू गुप्त सूचना के आधार से पथरेड़ी जट्टा की टी पॉइंट तो 30 किलो के तीन थैलियां समेत काबू किया है। उक्त दोषी पेशे तो ड्राइवर हैं और रूपनगर स्वराज माजदा फैक्टरी दी नवीं गड्डियां देश के वक्त सूबों में छड्डन जाते हैं और वापसी से एमपी राजस्थान तो चूरा पोस्त लिया के पंजाब विच वेचण दा काम करते हैं। डॉक्टर सीआईए चू अमरबीर सिंह को सलाह सी कि कुछ बंदे जिहड़े हैगे ने उक्त चूरा पोस्त काम करने आदि ने, ये इतों स्वराज माजदा जी फैक्टरी है, इतों जी गड्डियां ने उत्थे बाहरी स्टेट जांदियां ने, उत्थे गड्डियां ड्राइवर छड्ड के आउंदे ने, ਤਾਂ ਉੱਥੋਂ ਛੱਡ ਕੇ ਜਦੋਂ ਉੱਥੋਂ ਵਾਪਸ ਆਉਂਦੇ ਨੇ ਤਾਂ ਉੱਥੋਂ ਬਾਈ ਟ੍ਰੇਨ ਉੱਥੋਂ ਭੁੱਖੀਚੋੜਾ ਪੋਸਟ ਕਿਸੇ ਢਾਬਿਆਂ ਤੋਂ ਜਾਂ ਕਿਸੇ ਹੋਰ ਜਗ੍ਹਾ ਤੋਂ ਆਮ ਤੋਂ ਮਿਲਦੀ ਹੈ, ਉੱਥੋਂ ਲੈ ਕੇ ਬਾਈ ਟ੍ਰੇਨ ਆ ਜਾਂਦਾ ਹੈ। ਔਰ ਇਹਦੇ ਕੋਲ ਇਤਲਾਹ ਸੀ, ਬਾਕੀ ਇਨਫੋਰਮੇਸ਼ਨ ਸੀ ਵੀ ਬੰਦੇ ਜਿਹੜੇ ਹੈਗੇ ਨੇ ਕਿ ਗੁਰਿੰਦਰ ਸਿੰਘ, ਮਨਦੀਪ ਸਿੰਘ ਅਤੇ ਬਲਵਿੰਦਰ ਸਿੰਘ ਵੀ ਇਹ ਸਮਾਨ ਉੱਥੋਂ ਲੈ ਕੇ ਆ ਰਹੇ ਨੇ ਔਰ ਬਾਈ ਟ੍ਰੇਨ ਹੀ ਇਹਨਾਂ ਕੋਲ ਇਨਫੋਰਮੇਸ਼ਨ ਸੀ ਵੀ ਲੈ ਕੇ ਆਉਣਗੇ। ਇਹ ਬੈਡ ਇਨਫੋਰਮੇਸ਼ਨ ਸੀ ਅਤੇ ਇੰਸਪੈਕਟਰ ਸੀਆਈਏ ਸਮੇਤ ਥਾਣੇਦਾਰ ਬਲਵੀਰ ਸਿੰਘ ਨੇ ਪਥਰੀੜੀ ਜੱਟਾਂ ਕੋਲ ਨਾਕਾ ਲਾ ਲਿਆ ਸੀ। ਉਸ ਜਦੋਂ ਡਿਊਰਿੰਗ ਨਾਕਾਬੰਦੀ ਇਹਨਾਂ ਨੂੰ ਜੇ ਹੈਗੇ ਤਿੰਨਾਂ ਸ਼ਖਸਾਂ ਨੂੰ ਕਾਬੂ ਕੀਤਾ। ਇਹਨਾਂ ਕੋਲ ਤਿੰਨ ਬੈਗ ਸੀ, ਇੱਕ ਬੈਗ 30 ਕਿਲੋ ਜਿਹੜਾ ਸਮਾਨ ਕਰੀਬ ਸੀ ਉਹ ਚੈੱਕ ਕੀਤਾ ਗਿਆ, ਉਹ ਕੁਪੀਅਰ ਪੋਸਟ ਬਰਾਮਦ ਹੋਇਆ। ਅਤੇ ਕਿੱਥੇ ਸਪਲਾਈ ਕਰਨਾ ਸੀ ਇਹਨਾਂ ਨੇ ਕੁਛ ਪਤਾ ਲੱਗਿਆ ਵੀ? ਹਾਂ, ਇਹਨਾਂ ਨੇ ਫਰਜ਼ਰ ਇਹ ਜਿਵੇਂ ਇਸ ਇਲਾਕੇ 'ਚ ਵੀ ਜਿਹੜੇ ਆਮ ਜਿਹੜੇ ਮਜ਼ਦੂਰ ਕੰਮ ਕਰਦੇ ਨੇ ਜਾਂ ਉਹ ਨਸ਼ੇ ਦੇ ਛੋਟੇ ਮੋਟਾ ਕਰਦੇ ਨੇ ਉਹਨਾਂ ਨੂੰ ਆਮ ਸਪਲਾਈ ਕਰਦੇ। ਕਿੰਨੀ ਕੁ ਦੇਰ ਤੋਂ ਕੰਮ ਕਰ ਰਹੇ ਬਈ ਕੁਛ ਸਾਹਮਣੇ ਆਏ? ਪਿਛਲੇ ਕਾਫੀ ਹੈ, ਕੁਛ ਅਰਸੇ ਤੋਂ ਕਾਫੀ ਮੈਡੀਕਲ ਹੁਣ ਪਿੱਛੇ ਜੇ ਇੰਸਪੈਕਟਰ ਸੀ ਆਈ ਏ ਪਿਛਲਾ ਵੀ ਇਨਫੋਰਮੇਸ਼ਨ ਸੀ ਇਹਨਾਂ ਨੂੰ, ਇਹਨਾਂ ਨੂੰ ਤੁਸੀਂ ਫੋਲੋ ਕਰ ਰਹੇ ਸੀ ਕੁਛ ਸਮੇਂ ਤੋਂ, 5-7 ਮਹੀਨਿਆਂ ਤੋਂ ਜਾਂ ਸਾਲ ਤੋਂ ਇਹ ਕੰਮ ਕਰ ਰਹੇ। ਇਹਦੇ ਖਿਲਾਫ਼ ਕਿੱਦਾਂ ਕਾਰਵਾਈ? ਹਾਂ, ਫਰਦਰ ਹੁਣ ਇਹਨਾਂ ਦੇ ਖਿਲਾਫ਼ ਜੇ ਮੁਕਰਮਾ ਦਰਜ ਕਰ ਲਿਆ, ਇਹਨਾਂ ਕੋਲ ਭੁੱਖੀ ਦਾ 15 NTPX ਦਾ ਜਿਹੜਾ ਮੁਕਰਮਾ ਹੈ ਉਹ ਦਰਜ ਕਰ ਲਿਆ ਸੀ ਅਤੇ ਫਰਦਰ ਇਨਵੈਸਟੀਗੇਸ਼ਨ ਜਗ੍ਹਾ ਹੋਰ ਪੜਤਾਲ ਕਰਾਂਗੇ ਵੀ ਕਿੱਥੋਂ ਕਿੱਥੋਂ ਹੋਰ ਲੈ ਕੇ ਆਉਂਦੇ ਨੇ ਔਰ ਕਿਹਨੂੰ ਸਪਲਾਈ ਕਰਦੇ ਨੇ। ਰੂਪਨਗਰ ਤੋਂ ਸੱਜਣ ਸੈਣੀ ਦੀ ਰਿਪੋਰਟ। ਇੱਦਾਂ ਦੀਆਂ ਹੋਰ ਵੀ ਗਤੀਵਿਧੀਆਂ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ। ਨੀਚੇ ਦਿੱਤੇ ਹੋਏ ਸਬਸਕ੍ਰਾਈਬ ਐਂਡ ਬੈਲ ਦੀ ਆਪਸ਼ਨ ਤੇ ਕਲਿੱਕ ਕਰੋ ਤਾਂ ਕਿ ਅਸੀਂ ਸਾਡੀਆਂ ਲੇਟੈਸਟ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ।